कोई भी रोग लग गया होया रोग नू ठीक करन लई समा दा लगदा हुंदा, पर बंदे दी नीयत साफ होनी चाहीदी है किसे भी काम नू करन लगे। नीयत जदो तुहाडी साफ आ पे परमात्मा भी तुहाडा साथ दिंदा नाल खड़के, जे थोड़ी नीयत ही खोटी आ काम करन दी फिर काम नहीं सिरे चढ़दा हुंदा। दूजा जिहड़े बच्चे लगे हुए आ जिन्हां नू रोग लाता इन्हां नू सत भला क्लीनिक तुसीं इक हफ्ते दस दिनां च देखोगे, सेंटर हल्के च खुलन जा रहे हैं सत। गल सुनो हुण मेरे इलाके दे विच इक सूफियां वाले बाग एक ट्रांसपोर्ट नगर दो महला क्लीनिक खुले आ हुण तक, तुसीं जाके उत्थे पता कर सकदे हो 100 तो लैके 110 105 बंदे हर रोज अपनी उत्थों दवाई लैंदे आ जिहड़े परिवारां नूं जरूरत आ। रुजगार देना वा रुजगार खोना नहीं गा, साडी सोच आ इह जिहड़ी चीज ब्लैक कोई करूगा ओनू किसे नू ब्लैकी नू किसे नू लसंस नहीं दिता जाऊगा। पिछले समय दे विच यही चीजा नू लैके जिहड़े साडे गरीब अज कोई किसे ने घर पाउणा वा ओह अज रेते तो ही बैठा वा भी रेता दी ट्राली इन्ने दी आ, इस करके जिहड़े गरीबां दे लई जरूरत चीज आ ओह गरीबां नू मिलूगी। जिहड़े जिथे तक आ गई रुजगार दी गल, हुण तां रुजगार लोकां नू मिल रिहा, खोहण वाला तां वर्का ही पाड़ता सी। अज न्यू यंग वाल्मीकि फेडरेशन वालों जेड़ा नशे का जहर फैल रहा है ओदे खात्मे करन लई अज साडे सेंटर हल्के दे एमएलए साहब नूं इत्थे बुलाया गया, ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਕਿ ਬੜੇ ਜ਼ੋਰਾਂ ਨਾਲ ਨਸ਼ਾ ਵਿਕ ਰਿਹਾ ਸੀ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਇਸ ਕਰਕੇ ਸਾਡੀ ਸੰਸਥਾ ਨੇ ਉਹਨਾਂ ਦਾ ਧੰਨਵਾਦ ਕਰਨ ਲਈ ਅੱਜ ਇਹ ਸਭਾ ਬੁਲਾਈ ਗਈ ਸੀ। ਇਹਨਾਂ ਨੇ ਆਪਣੀ ਕਮੇਟੀ ਬਣਾਈ ਆ ਨੌਜਵਾਨਾਂ ਨੇ, ਮੈਂ ਸਮਝਦਾ ਮੇਰੀਆਂ ਸਤਿਕਾਰਯੋਗ ਭੈਣਾਂ ਵੀ ਬੈਠੀਆਂ, ਮੇਰੀਆਂ ਮਾਤਾਵਾਂ ਵੀ ਬੈਠੀਆਂ, ਨੌਜਵਾਨ ਸਾਥੀ ਵੀ ਬੈਠੇ ਆ, ਬਜ਼ੁਰਗ ਸਾਥੀਆਂ ਦਾ ਮੈਂ ਪਹਿਲਾਂ ਤਾਂ ਇਹਨਾਂ ਦੀ ਫੈਡਰੇਸ਼ਨ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਤੁਹਾਡੇ ਨਾਲ ਵਿਚਾਰ ਸਾਂਝਾ ਕਰਨ ਦਾ ਮੌਕਾ ਦਿੱਤਾ। ਪਰਸੋਂ ਦਾ ਅਸੀਂ ਇੱਕ ਮਿਸ਼ਨ ਬਣਾ ਕੇ ਆ ਮੇਰੀਆਂ ਭੈਣਾਂ ਮਾਵਾਂ ਬੈਠੀਆਂ ਨੇ, ਮੇਰੇ ਵੀਰ ਵੀ ਬੈਠੇ ਆ, ਤੁਸੀਂ ਦਾਸ ਨੂੰ 11 ਮਹੀਨੇ ਹੋਏ ਨੇ ਸਰਕੇ ਦੀ ਸੇਵਾਦਾਰ ਬਣਾਇਆ ਵਾ, ਸਾਡੇ ਨੂੰ ਭੁੱਲ ਜਾਂਦੇ ਆ ਜਿਹੜੇ ਲੋਕ ਸਮੇਂ ਦੇ ਨਾਲ ਤੁਹਾਡੀ ਬੋਰਡ ਦਾ ਇਸਤੇਮਾਲ ਕਰਕੇ ਤੁਹਾਡੇ ਨਾਲ ਵਾਅਦਾ ਕਰਕੇ ਮੁੱਕਰ ਜਾਂਦੇ ਆ। ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਪੁੱਛਣਾ ਨੇ ਇੰਨੇ ਉਪਰਾਲੇ ਕੀਤੇ ਨੇ, ਔਰ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਦਾ। ਜਿੱਦਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੁਪਨਾ ਦੇਖਿਆ ਗਿਆ ਸੀ, ਤੁਹਾਨੂੰ ਨਹੀਂ ਲੱਗਦਾ ਕਿ ਨਸ਼ਾ ਹਜੇ ਵੀ ਧੜੇਲੇ ਦੇ ਨਾਲ ਵਿਕਦਾ ਪਿਆ ਤੇ ਉਹਦੇ ਲਈ ਕੀ ਕੀਤਾ ਜਾ ਸਕਦਾ ਹੈ ਤੇ ਕਿੱਦਾਂ ਮਤਲਬ ਕਾਬੂ ਪਾਇਆ ਜਾ ਸਕਦਾ? ਦੇਖੋ ਕੋਈ ਵੀ ਰੋਗ ਲੱਗਿਆ ਹੋਇਆ ਰੋਗ ਨੂੰ ਠੀਕ ਕਰਨ ਲਈ ਸਮਾਂ ਦਾ ਲੱਗਦਾ ਹੁੰਦਾ, ਪਰ ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਆ ਕਿਸੇ ਵੀ ਕੰਮ ਨੂੰ ਕਰਨ ਲੱਗੇ। ਨੀਅਤ ਜਦੋਂ ਤੁਹਾਡੀ ਸਾਫ਼ ਆ ਫਿਰ ਪਰਮਾਤਮਾ ਵੀ ਤੁਹਾਡਾ ਸਾਥ ਦਿੰਦਾ ਨਾਲ ਖੜਕੇ, ਜੇ ਤੁਹਾਡੀ ਨੀਅਤ ਹੀ ਖੋਟੀ ਆ ਕੰਮ ਕਰਨ ਦੀ ਫਿਰ ਕੰਮ ਨਹੀਂ ਸਿਰੇ ਚੜ੍ਹਦਾ ਹੁੰਦਾ। ਇਸ ਕਰਕੇ ਮਿਸ਼ਨ ਬਣਾ ਕੇ ਲੜਾਂਗੇ ਨਸ਼ਾ ਵੇਚਣ, ਮੈਂ ਤੁਹਾਡੇ ਸਾਹਮਣੇ ਵੀ ਕਹਿ ਕੇ ਹਟਿਆ ਮੰਚ ਦੇ ਉੱਤੋਂ ਵੀ, ਨਸ਼ਾ ਵੇਚਣ ਵਾਲੇ ਨਾਲ ਕਦੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਜਿਹੜੇ ਬੱਚਿਆਂ ਨੂੰ ਰੋਗ ਲੱਗਿਆ ਹੋਇਆ ਉਹਨਾਂ ਲਈ ਚਾਹੇ ਜਿੰਨਾ ਮਰਜ਼ੀ ਕੋਈ ਸੰਘਰਸ਼ ਕਰਨਾ ਪਵੇ, ਉਹਨਾਂ ਦੇ ਰੋਗ ਨੂੰ ਅੰਦਰੋਂ ਕੱਢਾਂਗੇ, ਉਹਨਾਂ ਨੂੰ ਸਹੀ ਰਸਤੇ ਲਾਵਾਂਗੇ। ਕੋਈ ਸੱਤ ਮਹੱਲਾ ਕਲੀਨਿਕ ਤੁਸੀਂ ਇੱਕ ਹਫ਼ਤੇ ਦਸ ਦਿਨਾਂ 'ਚ ਦੇਖੋਗੇ, ਸੈਂਟਰ ਹਲਕੇ 'ਚ ਖੁੱਲਣ ਜਾ ਰਹੇ ਆ ਸੱਤ।
ਸਰ ਕਈ ਵਾਰ ਇੱਦਾਂ ਹੁੰਦਾ ਹੈ ਕਿ ਉੱਧਰ ਜਿਹੜੇ ਡਾਕਟਰਸ ਹੁੰਦੇ ਆ ਉਹ ਜਿਹੜੇ ਪੇਸ਼ੈਂਟ ਤੇ ਸੁਣਵਾਈ ਨਹੀਂ ਕਰਦੇ ਕਿ ਇਹਦੇ ਵਿੱਚ ਕੁਝ ਇਦਾਂ ਦਾ ਤਾਂ ਨਹੀਂ ਕਿ ਪੇਸ਼ੈਂਟ ਨੂੰ ਗਲਤ ਤਰੀਕੇ ਟ੍ਰੀਟ ਕੀਤਾ ਦੇਖੋ ਗੱਲ ਸੁਣੋ ਹੁਣ ਮੇਰੇ ਇਲਾਕੇ ਦੇ ਵਿੱਚ ਇੱਕ ਸੂਫੀਆਂ ਵਾਲੇ ਬਾਗ ਇੱਕ ਟਰਾਂਸਪੋਰਟ ਨਗਰ ਦੋ ਮਹੱਲਾ ਕਲੀਨਿਕ ਖੁੱਲੇ ਆ ਹੁਣ ਤੱਕ ਤੁਸੀਂ ਜਾ ਕੇ ਉੱਥੇ ਪਤਾ ਕਰ ਸਕਦੇ ਹੋ 100 ਤੋਂ ਲੈ ਕੇ 110-105 ਬੰਦੇ ਹਰ ਰੋਜ਼ ਆਪਣੀ ਉੱਥੋਂ ਦਵਾਈ ਲੈਂਦੇ ਆ ਜਿਹੜੇ ਪਰਿਵਾਰਾਂ ਨੂੰ ਜ਼ਰੂਰਤ ਆ ਉਹ ਲੈਂਦੇ ਆ ਔਰ ਅੱਜ ਤੱਕ ਮੈਨੂੰ ਇਸ ਗੱਲ ਦੀ ਵੀ ਦੱਸਦੇ ਹੋਏ ਖੁਸ਼ੀ ਹੁੰਦੀ ਆ ਮੈਨੂੰ ਕਦੇ ਇੱਕ ਸਿੰਗਲ ਪੇਸ਼ੈਂਟ ਨੇ ਆ ਕੇ ਕਦੇ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ ਡਾਕਟਰ ਇੰਨੇ ਦਿਲੋਂ ਡਾਕਟਰ ਦਵਾਈ ਨਾ ਦੇਵੇ ਪਿਆਰ ਨਾਲ ਹੱਥ ਹੀ ਫੇਰ ਲਵੇ ਨਾ ਵੀ ਠੀਕ ਹੋ ਜਾਏਗਾ ਤਾਂ ਵੀ ਠੀਕ ਹੋ ਜਾਂਦਾ ਵਾ ਇਹ ਹੁਣ ਉਹੀ ਪਿਆਰ ਵਾਲਾ ਹੱਥ ਆ ਇਹ ਠੀਕ ਹੀ ਹੋਣਾ ਪੰਜਾਬ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੇ ਟਰੈਕਟਰ ਟਰਾਲੀ ਤੇ ਰੇਤੇ ਦਾ ਕੰਮ ਸ਼ੁਰੂ ਕੀਤਾ ਹੈ ਤੇ ਤੁਹਾਨੂੰ ਸਰ ਇਹ ਨਹੀਂ ਲੱਗਦਾ ਕਿ ਜਿਹੜੇ ਲੱਖਾਂ ਵਪਾਰੀ ਆਪਣੇ ਹਜ਼ਾਰਾਂ ਵਪਾਰੀ ਹੈ ਟਿੱਪਰ ਦੇ ਉਹਨਾਂ ਦਾ ਪਰਿਵਾਰ ਜੁੜਦਾ ਉਹਨਾਂ ਦੇ ਨਾਲ ਕੀ ਗੱਲ ਸਰ ਉਹ ਭੁੱਖਾ ਨਹੀਂ ਮਰ ਜੂਗਾ ਦੇਖੋ ਗੱਲ ਸੁਣੋ ਅਸੀਂ ਰੁਜ਼ਗਾਰ ਦੇਣਾ ਵਾ ਰੁਜ਼ਗਾਰ ਖੋਣਾ ਨਹੀਂ ਗਾ ਸਾਡੀ ਸੋਚ ਆ ਇਹ ਜਿਹਦੀ ਚੀਜ਼ ਬਲੈਕ ਕੋਈ ਕਰੂਗਾ ਉਹਨੂੰ ਕਿਸੇ ਨੂੰ ਬਲੈਕੀ ਇਹਨੂੰ ਕਿਸੇ ਨੂੰ ਲਾਇਸੈਂਸ ਨਹੀਂ ਦਿੱਤਾ ਜਾਊਗਾ ਪਿਛਲੇ ਸਮਿਆਂ ਦੇ ਵਿੱਚ ਇਹੀ ਚੀਜ਼ਾਂ ਨੂੰ ਲੈ ਕੇ ਜਿਹੜੇ ਸਾਡੇ ਗਰੀਬ ਅੱਜ ਕੋਈ ਕਿਸੇ ਨੇ ਘਰ ਪਾਉਣਾ ਵਾ ਉਹ ਅੱਜ ਰੇਤੇ ਤੋਂ ਹੀ ਬੈਠਾ ਵਾ ਵੀ ਰੇਤਾ ਦੀ ਟਰਾਲੀ ਇੰਨੇ ਦੀ ਆ ਇਸ ਕਰਕੇ ਜਿਹੜੇ ਗਰੀਬਾਂ ਦੇ ਲਈ ਜ਼ਰੂਰਤ ਚੀਜ਼ ਆ ਉਹ ਗਰੀਬਾਂ ਨੂੰ ਮਿਲੂਗੀ ਜਿਹੜੇ ਜਿੱਥੇ ਤੱਕ ਆ ਗਈ ਰੁਜ਼ਗਾਰ ਦੀ ਗੱਲ ਹੁਣ ਤਾਂ ਰੁਜ਼ਗਾਰ ਲੋਕਾਂ ਨੂੰ ਮਿਲ ਰਿਹਾ ਖੋਣ ਵਾਲਾ ਤਾਂ ਵਰਕਾ ਹੀ ਪਾੜਤਾ ਸੀ ਯੂਥ ਨੂੰ ਇਹੀ ਕਹੂੰਗਾ ਇਹੀ ਦੇਸ਼ ਦਾ ਭਵਿੱਖ ਨੇ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਜਿਹੜਾ ਨਸ਼ੇ ਦਾ ਜ਼ਹਿਰ ਫੈਲ ਰਿਹਾ ਉਹਦੇ ਖਾਤਮੇ ਕਰਨ ਲਈ ਅੱਜ ਸਾਡੇ ਸੈਂਟਰ ਹਲਕੇ ਦੇ MLA ਸਾਹਿਬ ਨੂੰ ਇੱਥੇ ਬੁਲਾਇਆ ਗਿਆ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਕਿ ਜਦ ਵੀ ਸੈਂਟਰ ਹਲਕੇ ਦੇ MLA ਸਾਹਿਬ ਪੱਪੀ ਪਰਾਸ਼ਰ ਜੀ ਆਏ ਨੇ ਉਦੋਂ ਨਸ਼ੇ ਨੂੰ ਕਾਫੀ ਠੱਲ ਪਈ ਹੈ ਨਹੀਂ ਤਾਂ ਇਸ ਤੋਂ ਪਹਿਲਾਂ ਬੜੇ ਜ਼ੋਰਾਂ ਦਾ ਨਸ਼ਾ ਵਿਕ ਰਿਹਾ ਸੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਕਰਕੇ ਸਾਡੀ ਸੰਸਥਾ ਨੇ ਉਹਨਾਂ ਦਾ ਧੰਨਵਾਦ ਕਰਨ ਲਈ ਅੱਜ ਇਹ ਸਭਾ ਬੁਲਾਈ ਗਈ ਸੀ ਉਹਨਾਂ ਵੱਲੋਂ ਨਵਾਂ ਐਲਾਨ ਇਹ ਕੀਤਾ ਗਿਆ ਇੱਕ ਤਾਂ ਜਿਹੜੇ ਮੋਹੱਲਾ ਕਲੀਨਿਕ ਹੈ ਉਹ ਖੋਲਿਆ ਜਾਊਗਾ ਤੇ ਜਿਹੜਾ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਗਰਾਊਂਡ ਦਾ ਪ੍ਰਬੰਧ ਕੀਤਾ ਜਾ ਰਿਹਾ ਧੰਨਵਾਦ ਜੀ ਆ ਜਿਨ੍ਹਾਂ ਨੇ ਅੱਜ ਉਹਨਾਂ ਦੀ ਰੈਲੀ ਰੱਖੀ ਹੈ MLA ਸਾਹਿਬ ਪੱਪੀ ਜੀ ਦੀ ਨਸ਼ੇ ਦੇ ਮੁਕਤ ਰੈਲੀ ਰੱਖੀ ਆ ਧੰਗਾਨ ਸਾਹਿਬ ਨੇ ਉਹ ਰੈਲੀ ਨੂੰ ਸੰਬੋਧਨ ਕੀਤਾ ਗਿਆ ਵਾ MLA ਸਾਹਿਬ ਵੱਲੋਂ ਤੇ ਸਚਿਨ ਧੰਗਾਨ ਵੱਲੋਂ ਬਸ ਇੰਨਾ ਹੀ ਮੈਂ ਕਹਿੰਦਾ ਹੋਇਆ ਸੁਸ਼ਵਾਸਨ ਸਾਡੇ ਪ੍ਰਧਾਨ ਜੀ ਨੇ ਜੋ ਕਿਹਾ ਵਾ ਉਹੀ ਸੁਸ਼ਵਾਸਨ ਸਾਡਾ ਵਾ ਅਸੀਂ ਪ੍ਰਧਾਨ ਜੀ ਦੀ ਟੀਮ ਦੇ ਨਾਲ ਆ ਜਿੱਦਾਂ ਨੂੰ ਪ੍ਰਧਾਨ ਜੀ ਕਹਿਣਗੇ ਅਸੀਂ ਉੱਦਾਂ ਨੂੰ ਉਹਨਾਂ ਦੇ ਨਾਲ ਆ ਜੁੜੇ ਹੋਏ ਨਸ਼ਾ ਦਾ ਲੱਕ MLA ਸਾਹਿਬ ਕਹਿ ਕੇ ਗਏ ਉਹ ਟੁੱਟਿਆ ਵਾ ਤੇ ਹੋਰ ਤੋੜ ਦਿੱਤਾ ਜਾਊਗਾ